ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਜਿਹੜਾ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਆਇਆ ਹੈ, ਜਿਹਦੇ ਵਿੱਚ ਸਿੱਖ ਕੌਮ ਦੇ ਦੋਸ਼ੀ ਰਾਮ ਰਹੀਮ ਨੂੰ ਇੱਕ ਕਤਲ ਕੇਸ ਦੇ ਮਾਮਲੇ 'ਚ ਬਰੀ ਕਰ ਦਿੱਤਾ ਗਿਆ, ਜਿਸ ਨੂੰ CBI ਦੇ ਕੋਰਟ ਨੇ ਸਜ਼ਾ ਦਿੱਤੀ ਸੀ। ਔਰ CBI ਨੇ ਇਹ ਫੈਸਲਾ ਇੱਕ ਬਹੁਤ ਲੰਬੀ ਲੜਾਈ ਤੋਂ ਬਾਅਦ ਲਿਆ, ਬਹੁਤ ਲੰਬੀ ਦੇਖਭਾਲ ਕੇ ਉਹਨਾਂ ਨੇ ਫੈਸਲਾ ਲਿਆ ਸੀ। ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ 2 ਦਿਨ ਪਹਿਲਾਂ ਸ਼੍ਰੀ ਅਮਿਤ ਸ਼ਾਹ ਜੀ ਲੁਧਿਆਣੇ ਵਿੱਚ ਤਕਰੀਰ ਕਰ ਰਹੇ ਸਨ ਕਿ ਮੈਂ ਬਿੱਟੂ ਦੇ ਦਾਦੇ ਦੇ ਕਾਤਲਾਂ ਨੂੰ ਬਿਲਕੁਲ ਨਹੀਂ ਰਿਹਾ ਕਰਾਂਗਾ, ਉਹ ਮੇਰਾ ਦੋਸਤ ਹੈ, ਮੇਰਾ ਯਾਰ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ, ਤੁਹਾਨੂੰ ਸਿੱਖ ਕੌਮ ਦੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਹਨ ਉਹ ਭੁੱਲ ਗਈਆਂ ਹਨ ਅਤੇ ਦੋਸ਼ ਯਾਦ ਆ ਗਿਆ, ਅਤੇ 32-32 ਸਾਲ ਹੋ ਗਏ ਉਹਨਾਂ ਨੂੰ ਕੈਦ ਹੋਇਆ, ਉਹ ਤੁਹਾਨੂੰ ਭੁੱਲ ਗਿਆ, ਅਤੇ ਤੁਸੀਂ ਕਹਿਤਾ ਜੀ ਇਹਨਾਂ ਨੂੰ ਛੱਡਾਂਗੇ ਨਹੀਂ, ਅਤੇ ਉਸ ਰਾਮ ਰਹੀਮ ਨੂੰ ਤੁਸੀਂ ਛੱਡਤਾ। ਬੇਸ਼ੱਕ ਇਸ ਨੂੰ ਹਾਈ ਕੋਰਟ ਨੇ ਛੱਡਿਆ, ਪਰ ਜਿਹੜਾ ਸ਼ੱਕ ਜਾ ਰਿਹਾ ਹੈ ਦੁਨੀਆਂ ਦਾ ਉਹ ਤੁਹਾਡੇ 'ਤੇ ਜਾ ਰਿਹਾ ਹੈ, ਸਰਕਾਰ 'ਤੇ ਜਾ ਰਿਹਾ ਹੈ। ਅੱਜ ਤੁਸੀਂ ਉਸ ਨੂੰ ਛੱਡ ਕੇ ਖਾਲੀ ਪਰਸੋਂ ਦੀ ਗੱਲ ਤੋਂ ਬਾਅਦ ਇਹ ਜਿਹੜਾ ਤੁਸੀਂ ਕੰਮ ਕੀਤਾ ਹੈਗਾ ਇਹ ਸਿੱਖ ਹਿਰਦਿਆਂ ਦੇ ਉੱਤੇ ਜ਼ਖਮਾਂ ਦੇ ਉੱਤੇ ਤੁਸੀਂ ਲੂਣ ਛਿੜਕਿਆ। ਕੋਈ ਗੱਲ ਨਹੀਂ, ਹਰ ਵਕਤ ਸਿੱਖ ਕੌਮ ਨਾਲ ਜਾਤੀਆਂ ਹੁੰਦੀਆਂ ਰਹੀਆਂ ਹਨ, ਪਰ ਮੈਨੂੰ ਅਫਸੋਸ ਉਹਨਾਂ 'ਤੇ ਜਿਹੜੇ ਮੁੰਡੂ ਬਹਾਦਰ ਤੋਂ ਦਿੱਲੀ 'ਚ ਰਹਿੰਦੇ ਨੇ ਅਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਵੋਟ ਪਾਓ, ਉਸ ਦੇ ਬਾਵਜੂਦ ਤੁਹਾਡੇ ਕੋਲ ਰਿਪੋਰਟਾਂ ਹਨ 95% ਸਿੱਖਾਂ ਨੇ ਤੁਹਾਨੂੰ ਵੋਟ ਨਹੀਂ ਪਾਈ। ਉਹ ਉਸੇ ਵਾਸਤੇ ਨਹੀਂ ਪਾਈ ਕਿ ਤੁਸੀਂ ਵਾਅਦੇ ਕਰਕੇ ਸਿੱਖਾਂ ਨਾਲ ਬੰਦੀ ਸਿੰਘਾਂ ਦੀ ਰਿਹਾਈ ਬਾਰੇ, ਹੋਰਾਂ ਬਾਰੇ ਤੁਸੀਂ ਉਹ ਪੂਰੇ ਨਹੀਂ ਕੀਤੇ 5 ਸਾਲਾਂ ਦੇ ਵਿੱਚ। ਪਰ ਮੈਂ ਇੱਕ ਵਾਰ ਫਿਰ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ, ਤਾਕਤ ਆਉਣੀ ਜਾਣੀ ਹੈ, ਉਸ ਤਾਕਤ ਦੀ ਦੁਰਵਰਤੋਂ ਆਪਣੇ ਦੋਸਤਾਂ ਨਾਲ ਨਹੀਂ ਕਰਨੀ ਚਾਹੀਦੀ, ਕੌਮ ਨਾਲ ਕਰਨੀ ਚਾਹੀਦੀ, ਔਰ ਕੌਮ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਸਨ। ਹੁਣ ਤਾਂ ਵਕਤ ਬੀਤ ਗਿਆ, ਪਰ ਮੈਂ ਆਪਣਾ ਅਫਸੋਸ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜੋ ਮੈਂ ਬੋਲ ਰਹੇ ਸਨ ਆਪਣੇ ਇਸ ਬਿਆਨ ਰਾਹੀਂ ਪੂਰੇ ਕੀਤੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और WhatsApp चैनल पर।